आके इस पावन स्थान तो मदर देश रवाना होण लगे तो पटना साहिब दियां संगतां ने चरण पकड़े प्रार्थना की सचे पातशाह साडा रोज का सुभा बन गया है पहले आप जी दे दीदार फिर कोई कारोबार करते हाँ हुण आप जा रहे हो साडे जीवन का आधार की होगा तो साहेब मुस्कुराए ते फुरमाया आख्या चिंता ना करो असी अपना वो पंगूड़ा जिस ते सब तो पहला आ के बिराजे हाँ अते अपने कमर कसे दे शस्त्र रखवा के जा रहे हाँ जो भी श्रद्धा सत्कार सहित इन्हां दा दीदार करेगा उसनू साडे प्रतख दीदार दा फल प्राप्त होवेगा। आओ नाले ना महान शस्त्रां दे दीदार ते नाले जयकारे गजा के सत्कार करिए। बोले ये साहिब जी दे गात्रे दा पावन शस्त्र है जिसका नाम बाघ नखी है सैफ है महाराज कमर कसे तारण करदे रहे हन। बोले ये महाराज जी दे दो पावन चक्कर हन सतगुरु पातशाह दुमाले दे उपरों तारण करदे रहे हन। ये महाराज जी दी पावन चक्री है जो केसां विच तारण करदे रहे हन। ये साहिब जी दा पावन खंडा है महाराज मस्तक ते तारण करदे रहे हन। ये पावन कंघा है महाराज जी इस नाल केस वाउंदे रहे हन चंदन दा बनिया होया। ये महाराज जी दा पावन शस्त्र खंजर है इस दा दूसरा नाम बाघ नखी है महाराज कमर कसे तारण करदे रहे हन। ये महाराज जी दा पावन कटार है सतगुरु पातशाह कमर कसे तारण करदे रहे हन। ये साहिब जियां दा गुलेला है सच्चे पातशाह जी इस नाल परपकार करदिया मिट्टी दे मटके तोड़दे अते माता जिया कोल उन्हां नूं धातु कलश पित्तल आदक दियां गागरां प्रदान करदे। साहिब गुरु गोबिंद सिंह पातशाह जी दे इह मुबारक चार तीर हन। एक दिन महाराज जी ने यह तीर चलाया सामने पानी भरन लै जा रही बीबी दे धातु कलश विच वज्या। उसने रोंदिया होया माता जी दे चरण पकड़े साहिब मुस्कुरा रहे सन। माता जिया ने फुरमाया लाल जी ओ रो रही है तुसी हस रहे हो। साहेब आखन लगे असी कोई हासा मजाक नहीं करते असी तो इन्हां दे परिवार दे प्राणा दी राखी कीती है जां लागे जा के देखिया तो इस नाल एक काला जहरीला नाग विन्या पिया सी जो अपने प्राण त्याग रहा सी। साहिब जी ने परिवार दे प्राणा दी भी राखी कीती
ਅਤੇ ਉਸ ਜ਼ਹਿਰੀਲੇ ਨਾਗ ਦਾ ਵੀ ਆਪਣੇ ਇਸ ਪਾਵਨ ਤੀਰ ਨਾਲ ਕਲਿਆਣ ਕਰ ਦਿੱਤਾ, ਮੁਕਤੀ ਪ੍ਰਦਾਨ ਕੀਤੀ। ਇਸ ਕੌਤਕ ਨੂੰ ਦੇਖ ਕੇ ਸਭ ਸੰਗਤਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਢਹਿ ਪਈਆਂ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਵਿਹੜੇ ਵਿੱਚ ਜਦ ਟਹਿਲਦੇ ਤਾਂ ਉਸ ਵੇਲੇ ਆਪ ਜੀ ਆਪਣੇ ਚਰਨ ਕਮਲਾਂ 'ਚ ਜੋ ਖੂਬਸੂਰਤ ਖੜਾਵਾਂ ਪਹਿਨਦੇ, ਉਹਨਾਂ ਦਾ ਵੀ ਆਪ ਸ਼ਰਧਾ ਪ੍ਰੇਮ ਸਹਿਤ ਦੀਦਾਰ ਕਰੋ। ਚੰਦਨ ਦੀਆਂ ਬਣੀਆਂ ਹੋਈਆਂ, ਇਸੇ ਤਰ੍ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਪਾਵਨ ਚਰਨ ਪਾਦੁਕਾ ਪਹਿਨਦੇ ਰਹੇ, ਉਹ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਆਪ ਦੀਦਾਰ ਕਰੋ। ਸਮੇਂ ਦੇ ਅੰਤਰਾਲ ਕਰਕੇ ਇਹਨਾਂ ਦਾ ਵਜੂਦ ਖਤਰੇ ਵਿੱਚ ਹੈ, ਇਹਨਾਂ ਦੀ ਸੇਵਾ ਸੰਭਾਲ ਦੀ ਬਹੁਤ ਲੋੜ ਹੈ। ਸੰਗਤਾਂ ਆਪਣਾ ਤਿਲ ਫੁੱਲ ਭੇਟ ਕਰਕੇ, ਕਿਉਂਕਿ ਬਾਕੀ ਇਮਾਰਤਾਂ ਦੁਬਾਰੇ ਬਣ ਜਾਂਦੀਆਂ ਹਨ, ਸਾਜੋ ਸਮਾਨ ਦੁਬਾਰੇ ਆ ਜਾਂਦਾ ਹੈ, ਪਰ ਜੇ ਇਹ ਇਤਿਹਾਸਕ ਧਰੋਹਰ ਸਾਡੇ ਕੋਲੋਂ ਚਲੀ ਗਈ, ਫਿਰ ਇਸ ਨੂੰ ਦੁਬਾਰੇ ਨਹੀਂ ਲਿਆਂਦਾ ਜਾ ਸਕਦਾ। ਇਸ ਲਈ ਸਾਡਾ ਸੁਭਾਗ ਹੈ ਕਿ ਸਾਡੇ ਦੀਦਾਰ ਕਰਨ ਲਈ ਇਹ ਸਾਡੇ ਕੋਲ ਹਾਲੇ ਤੱਕ ਮੌਜੂਦ ਹਨ, ਹਾਥੀ ਦੰਦ ਦੀਆਂ ਬਣੀਆਂ ਹੋਈਆਂ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਇੱਥੇ ਪਏ ਹੋਏ ਹਨ। ਮਾਤਾ ਨਾਨਕੀ, ਮਾਤਾ ਗੁਜਰੀ ਸਾਹਿਬਾ, ਮਾਮਾ ਕਿਰਪਾਲ ਚੰਦ ਜੀ, ਸਾਰਾ ਪਰਿਵਾਰ ਇੱਥੇ ਰਿਹਾ ਹੈ, ਔਰ ਮਹਾਰਾਜ ਜੀ ਦਾ ਜਨਮ ਇੱਥੇ ਹੀ ਹੋਇਆ। ਜਨਮ ਭੂਮ ਪਟਨਾ ਹੈ ਮੇਰੀ, ਮਹਿਮਾ ਮਹਾਂ ਬਿਲੋਕਨ ਕੇਰੀ। ਇਸੇ ਅਸਥਾਨ 'ਤੇ ਬਹੁਤ ਸਤਿਕਾਰ ਨਾਲ ਭਗਤ ਸਿਰਮੌਰ ਭਗਤ ਕਬੀਰ ਜੀ ਦੀ ਖੱਡੀ ਨੂੰ ਸੰਭਾਲ ਕੇ ਰੱਖਿਆ ਗਿਆ। ਆਪ ਅਸਲੀ ਖੱਡੀ ਦਾ ਦੀਦਾਰ ਕਰੋ। ਜਦ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਦੀਆਂ ਖੁਸ਼ੀਆਂ ਦੀ ਖਬਰ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੱਕ ਪਹੁੰਚੀ, ਤਦ ਆਪ ਨੇ ਲਿਖਿਆ, ਗੁਰੂ ਸਤ ਸਰਬੱਤ ਸੰਗਤ ਪਟਨੇ ਕੀ ਜਿਨ ਸਿੱਖ ਵਾਹਿਗੁਰੂ ਕੀਆ ਹੈ, ਤਿਸਕੇ ਮਨੋਰਥ ਪੂਰੇ ਹੋਵੇਂਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ, ਗੁਰੂ ਕੀ ਦਰਗਾਹ ਥਾਏ ਪਿਆ, ਅੱਗ ਪਿੱਛੇ ਸੇਵਾ ਕੀਤੀ ਸਭ ਥਾਏ ਪਈ, ਅੱਗੇ ਜੋ ਸੇਵਾ ਕਰੇਗਾ ਪਾਵਨ ਖੂਹ ਹੈ। ਜਦ ਮਾਤਾ ਜੀ ਦਾ ਬਚਨ ਪਾ ਕੇ ਇਹ ਖੂਹ ਖਾਰਾ ਹੋ ਗਿਆ, ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਮਾਤਾ ਜੀ ਉਹ ਆਪ ਖੂਹ ਦਾ ਜਲ ਦੁਬਾਰੇ ਬਚਨ ਕਰਕੇ ਮਿੱਠਾ ਕਰ ਦਿਓ। ਉਹਨਾਂ ਫੁਰਮਾਇਆ, ਜੋ ਬਚਨ ਹੋਣਾ ਸੀ ਹੋ ਗਿਆ, ਸਮਾਂ ਆਵੇਗਾ ਅਤੇ ਫਿਰ ਇਹਦਾ ਸਵਾਦ ਮਿੱਠਾ ਹੋ ਜਾਏਗਾ। ਕਹਿੰਦੇ ਹਨ ਸੰਨ 47 ਤੋਂ ਬਾਅਦ ਇਸ ਖੂਹ ਦਾ ਜਲ ਫਿਰ ਉਸੇ ਹੀ ਓਰਿਜਨਲ ਸਵਾਦ ਵਿੱਚ ਆ ਗਿਆ ਹੈ, ਮਿੱਠਾ ਹੋ ਗਿਆ। ਸੰਗਤਾਂ ਬਹੁਤ ਅਦਬ ਨਾਲ ਇਸ ਨੂੰ ਅੰਮ੍ਰਿਤ ਚੁਲੇ ਦੇ ਰੂਪ ਵਿੱਚ ਪ੍ਰਵਾਨ ਕਰਦੀਆਂ ਹਨ। ਇਸ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 15 ਸਾਲ ਦੀ ਅਵਸਥਾ, ਜੋ ਚੋਲੇ ਪਹਿਨਦੇ ਸਨ, ਉਹਨਾਂ 'ਚੋਂ ਇੱਕ ਚੋਲਾ ਸਾਡੇ 'ਤੇ ਤਰਸ ਕਰਕੇ ਮਹਾਰਾਜ ਨੇ ਇੱਥੇ ਸਾਡੇ ਦੀਦਾਰ ਲਈ ਰੱਖਿਆ ਹੋਇਆ ਹੈ। ਤਖ਼ਤ ਸਾਹਿਬ ਜੀ ਦੇ ਨਾਲ ਗੁਰਦੁਆਰਾ ਗਊ ਘਾਟ, ਸੁਨਾਰ ਟੋਲੀ, ਕੰਗਣ ਘਾਟ, ਗੁਰੂ ਕਾ ਬਾਗ, ਬਾਲ ਲੀਲਾ, ਹਾਂਡੀ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦਾ ਚਰਨਾਮ੍ਰਿਤ ਸੀਤਲ ਕੁੰਡ
ਰਾਜਗੀਰ ਹੈ। ਸੰਗਤਾਂ ਲੋਕਡਾਊਨ ਤੋਂ ਬਾਅਦ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਦੀਆਂ ਹਨ। ਬਹੁਤ ਸਾਰੀਆਂ ਸੰਗਤਾਂ ਦੇ ਫੋਨ ਪਹੁੰਚਦੇ ਹਨ ਜੋ ਪਟਨਾ ਸਾਹਿਬ ਜੀ ਦੇ ਦਰਸ਼ਨ ਲਈ ਤੜਪ ਰਹੀਆਂ, ਬਾਰ ਬਾਰ ਅਰਦਾਸਾਂ ਕਰਦੀਆਂ ਹਨ, ਟਿਕਟਾਂ ਕਰਾਈਆਂ ਹੋਈਆਂ ਬਹੁਤ ਸਾਰਿਆਂ ਦੀਆਂ ਰੱਦ ਹੋ ਗਈਆਂ। ਸਾਰੇ ਜਿਤਨੇ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਹੋ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇਹ ਕਰੋਨਾ ਨਾਮ ਦੀ ਮਹਾਂਮਾਰੀ ਤੋਂ ਜਗਤ ਦੀ ਰਾਖੀ ਕਰੋ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਮਹਾਰਾਜ ਮਿਹਰਾਂ ਕਰ ਦੇਵਣ, ਗੁਰੂ ਪਾਤਸ਼ਾਹ ਜੀ ਦੇ ਦਰ ਪਾਵਨ ਘਰ ਤਖਤ ਪਟਨਾ ਸਾਹਿਬ ਜੀ ਦੇ ਸਾਰੇ ਹੀ ਪ੍ਰਬੰਧਕਾਂ ਦੇ ਨਿੱਘੇ ਸਹਿਯੋਗ ਸਦਕਾ, ਸੇਵਾ ਦੀ ਭਾਵਨਾ ਸਦਕਾ, ਜਗ੍ਹਾ ਜਗ੍ਹਾ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਦਵਾਈ ਆਦਿਕ ਦੇ ਖਰਚ ਹੋ ਰਹੇ ਹਨ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪਣਾ ਦਸਵੰਧ ਤਖਤ ਪਟਨਾ ਸਾਹਿਬ ਜੀ ਦੇ ਅਕਾਊਂਟ ਨੰਬਰ ਨੀਚੇ ਟੀਵੀ ਸਕਰੀਨ 'ਤੇ ਡਿਸਪਲੇ ਹੁੰਦੇ ਹਨ, ਉਹਨਾਂ 'ਤੇ ਆਪਣਾ ਔਨਲਾਈਨ ਟ੍ਰਾਂਜੈਕਸ਼ਨ ਕਰਵਾ ਸਕਦੇ ਹੋ। ਉਸ ਦੀ ਸਕਰੀਨਸ਼ੋਟ ਜਾਂ ਬੈਂਕ ਦੀ ਸਲਿੱਪ ਦਾਸ ਦੇ ਫੋਨ ਨੰਬਰ 'ਤੇ 9501957963-950-195-179-63 'ਤੇ ਭੇਜ ਦੇਣਾ, ਤਾਂ ਕਿ ਅਸੀਂ ਉਸ ਦੀਆਂ ਰਸੀਦਾਂ ਆਪ ਜੀ ਤੱਕ ਭੇਜ ਸਕੀਏ। ਇਸ ਲਈ ਕੀਤਾ ਗਿਆ ਹੈ ਕਿਉਂਕਿ ਆਮ ਦਿਨਾਂ ਵਿੱਚ ਸੰਗਤਾਂ ਇੱਥੇ ਪਹੁੰਚ ਕੇ ਸੇਵਾ ਕਰਦੀਆਂ ਸਨ, ਰਸੀਦਾਂ ਨਾਲੋਂ ਨਾਲ ਮਿਲ ਜਾਂਦੀਆਂ ਸਨ। ਹੁਣ ਇਹੀ ਇੱਕ ਸਾਧਨ ਹੈ, ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ, ਜਲਦੀ ਤੋਂ ਫਿਰ ਹਰ ਪਾਸੇ ਰੌਣਕਾਂ ਹੋਵਣ ਅਤੇ ਇਸ ਮਹਾਂਮਾਰੀ ਦਾ ਨਾਸ਼ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਦਸਤ ਬਸਤਾ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਈਏ। ਉਸ ਤੋਂ ਪੇਸ਼ਤਰ ਇੱਕ ਬੇਨਤੀ ਹੋਰ ਹੈ ਕਿ ਕਣਕਾਂ ਪੱਕੀਆਂ ਹੋਈਆਂ, ਕਣਕਾਂ ਦੀ ਸੇਵਾ ਵੀ ਤਖਤ ਸਾਹਿਬ ਦੇ ਲੰਗਰਾਂ ਲਈ ਭੇਜੋ, ਤਾਂ ਕਿ ਲੰਗਰ ਵੀ ਮਹਾਰਾਜ ਦੇ ਬਖਸ਼ਿਸ਼ ਸਦਕਾ ਸਦਾ ਹੀ ਨਿਰਵਿਘਨ ਚੱਲਦੇ ਨੇ, ਆਪ ਜੀ ਦਾ ਅਨਾਜ ਵੀ ਸਫਲਾ ਹੋਵੇ। ਭਾਈ ਹਰਵਿੰਦਰ ਸਿੰਘ ਜੀ ਅਜੀਜ਼ਗੰਜ ਸ਼ਾਹਜਹਾਨਪੁਰ ਵਾਲਿਆਂ ਕੋਲ, ਯੂਪੀ ਦੀਆਂ ਸੰਗਤਾਂ, ਪੂਰਨਪੁਰ ਦੀਆਂ ਸੰਗਤਾਂ, ਖਾਲਸਾ ਭੈਣ ਜੀ ਬੀਬੀ ਇੰਦਰਜੀਤ ਕੌਰ ਜੀ ਖਾਲਸਾ ਨਿਵਾਸ, ਅਤੇ ਪੰਜਾਬ ਦੀਆਂ ਸੰਗਤਾਂ, ਭਾਈ ਗੁਰਬਚਨ ਸਿੰਘ ਜੀ ਪੈਟਰੋਲ ਪੰਪਾਂ ਵਾਲੇ ਕੋਟਕਪੂਰੇ, ਉਹਨਾਂ ਕੋਲ ਜਮ੍ਹਾਂ ਕਰਵਾ ਸਕਦੇ ਹੋ। ਐਸਾ ਨਾ ਹੋਵੇ ਕਿ ਕੁਝ ਲੋਕ ਐਵੇਂ ਹੀ ਬੋਰੀਆਂ ਲੈ ਕੇ ਤਖਤ ਪਟਨਾ ਸਾਹਿਬ ਦਾ ਨਾਮ ਲੈ ਕੇ ਉਗਰਾਹੀ ਕਰਨ ਲੱਗ ਪੈਣ। ਇਸ ਲਈ ਆਪ ਸਾਡੇ ਨੰਬਰਾਂ 'ਤੇ ਜਦੋਂ ਮਰਜ਼ੀ ਦਿਨ ਰਾਤ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੁਣ ਨਹੀਂ ਅੰਮ੍ਰਿਤ ਛਾਡ, ਬਿਖੈ ਬਿਖ ਖਾ, ਮਾਇਆ ਮੋਹ ਭਰਮ ਭੈ ਭੁਲੇ, ਸੁਧ ਦਾਰਾ ਪ੍ਰੀਤ ਲਗਾਏ। ਇੱਕ ਉੱਤਮ ਪੰਥ ਸੁਣਿਓ
संगत तेह मिलंत जम त्रास मिटा। एक अरदास पाठ कीरत की गुरु रामदास राखो शरणा ने माण्यो के माण गुरु नेताण्यो के ताण ने अट्यो कवन संजोग मिला प्रभ अपने कवन संजोग मिला प्रभ अपने कवन संजोग मिलो प्रभ अपने कवन संजोग मिलो प्रभ अपने पल पल निमक सदा हर जपने पल पल निमक सदा हर जपने पल पल निमक सदा हर जपने अवन संजोग मिला प्रभ अपने अवन अपने पवन संजोग मिला पवन प्रभ अपने मिला प्रभ अपने पवन संजोग मिला प्रभ अपने पल पल निमक सदा हर जपने पल पल निमक सदा हर जपने पल पल हर जपने अवन संजोग मिला प्रभ अपने अवन संजोग मिला प्रभ अपने चरण कमल प्रभु के नित धावो चरण कमल प्रभु के नित धावो पवन सोमत गिर प्रीतम पावो पवन सोमत जित प्रीतम पावो पवन संजोग मिला प्रभ अपने पवन संजोग मिला प्रभ अपने पल पल निमक सदा हर जपने पल पल निमक सदा हर जपने
प्रभु अपने